ਅਸਲਾਮ ਵਾਲੇਕਮ ਜੀ, ਮੈਂ ਤੁਹਾਡਾ ਪਿਆਰਾ ਦੋਸਤ ਅਮਰਦੀਪ। ਕੀ ਹਾਲ ਚਾਲ ਆ ਮੇਰੇ ਦੇਖਣ ਵਾਲਿਆਂ ਦਾ? ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ। ਅਲਹਮਦੁਲਿਲਾ, ਮੈਂ ਵੀ ਠੀਕ ਠਾਕ ਹਾਂ। ਹਾਂਜੀ ਦੋਸਤੋ, ਇੱਧਰ ਬਾਗ ਵੱਲ ਫਿਰ ਰਹੇ ਹਾਂ ਅਤੇ ਹਵੇਲੀ ਚੱਲਦੇ ਹਾਂ, ਜਾ ਕੇ ਖਰਗੋਸ਼ਾਂ ਨੂੰ ਦੇਖਦੇ ਹਾਂ, ਆਪਣੇ ਪਰਿੰਦਿਆਂ ਨੂੰ ਦੇਖਦੇ ਹਾਂ, ਉਹਨਾਂ ਦਾ ਦਾਣਾ ਪਾਣੀ ਕਰਦੇ ਹਾਂ, ਚੰਨ ਵਾਲੇ ਚੰਨ ਦਿਖਾਉਂਦੇ ਹਾਂ। ਹਾਂ ਦੇਖੋ ਦੋਸਤੋ, ਇੱਧਰ ਮਸ਼ੀਨ ਲੱਗ ਰਹੀ ਹੈ ਕਣਕ ਗਾਉਣ ਵਾਸਤੇ। ਅੱਗੇ ਥੋੜ੍ਹੀ ਜਿਹੀ ਕੋਈ ਗਾਹੀ ਆ, ਹਵਾ ਦਾ ਰੁੱਖ ਚੇਂਜ ਹੋ ਗਿਆ, ਇਸ ਕਰਕੇ ਫਿਰ ਦੂਸਰੇ ਰੁੱਖ ਮਸ਼ੀਨ ਲਾ ਕੇ ਹੁਣ ਫਿਰ ਸ਼ੁਰੂ ਕਰਨ ਲੱਗੇ ਗਾਉਣੀ। ਭਰੀਆਂ ਭਰੀਆਂ ਸਿੱਟ ਰਹੇ ਆ ਟਰਾਲੀ ਦੇ ਵਿੱਚ। ਹਾਂਜੀ ਦੋਸਤੋ, ਹਵੇਲੀ ਆ ਗਿਆ ਹੈ। ਹਾਂਜੀ ਦੋਸਤੋ, ਅੰਦਰ ਹੋਇਆ। ਦੇਖੋ ਮਾਸ਼ਾਅੱਲਾ ਕਿੱਡੀ ਕੰਨ, ਦੇਖੋ ਕਿੱਦਾਂ ਖੜੇ ਕੀਤੇ ਹੋਏ ਆ ਸ਼ੇਰੀ ਨੇ। ਉੱਪਰ ਜਾਂਦੇ ਆ, ਖਰਗੋਸ਼ਾਂ ਨੂੰ ਪੱਠੇ ਪੁੱਠੇ ਪਾਉਂਦੇ ਆ, ਲਿਆ ਲਿਆ ਹੋਇਆ ਲੂਸਣਾ ਦੇਖੋ, ਉੱਪਰ ਜਾ ਕੇ ਪਾਉਂਦੇ ਆ ਆਪਣੇ ਖਰਗੋਸ਼ਾਂ ਨੂੰ। ਆ ਮੁਰਗੀ ਫਿਰ ਰਹੀ ਆ, ਚੂਚੇ ਉਹਦੇ ਉੱਧਰ ਫਿਰ ਰਹੇ ਆ। ਹਾਂਜੀ ਦੋਸਤੋ, ਅੰਦਰ ਆ ਗਏ ਹਾਂ। ਇਹਨਾਂ ਨੂੰ ਪੱਠੇ ਪਾਉਂਦੇ ਆ। ਹਾਂ ਦੇਖੋ ਨਾਲ ਹੀ ਖਾਣ ਵਾਸਤੇ ਆ ਗਏ ਸਾਰੇ, ਮਾਸ਼ਾਅੱਲਾ। ਇਹਦੇ ਨਾਲ ਦਾ ਦੂਸਰਾ ਦੇਖਦੇ ਹਾਂ ਕਿੱਥੇ ਗਿਆ ਕਾਲੇ ਦੇ ਨਾਲ ਦਾ। ਹਾਂਜੀ ਦੋਸਤੋ, ਦਾਣਾ ਪਾਣੀ ਚੇਂਜ ਕਰਦੇ ਹਾਂ ਇਹਨਾਂ ਦਾ, ਨਾਲੇ ਜਾ ਕੇ ਦੋਸਤੋ। ਇੱਦਾਂ ਫੂਕ ਮਾਰਨ ਦੇ ਨਾਲ ਜਿਹੜਾ ਇਹਦੀ ਫੱਕ ਫੁੱਕ ਜਿਹੜੀ ਅੰਦਰ ਹੁੰਦੀ ਆ ਉਹ ਉੱਡ ਜਾਂਦੀ ਆ, ਅਤੇ ਇਹਦੇ ਵਿੱਚ ਨਵਾਂ ਦਾਣਾ ਮਿਕਸ ਕਰਕੇ ਅਤੇ ਪਾ ਲਓ। ਹਾਂਜੀ ਦੋਸਤੋ, ਆਹ ਇਹਨਾਂ ਦਾ ਮਿਕਸ ਦਾਣਾ ਆ, ਇਹ ਵੀ ਸੂਰਜਮੁਖੀ ਬਾਜਰਾ ਅਤੇ ਜਾਂ ਚਾਵਲ ਅਤੇ ਵਿੱਚ ਕੰਗਣੀ ਵਗੈਰਾ, ਸਾਰਾ ਮਿਕਸ ਦਾਣਾ ਹੈ ਜਿਹੜਾ ਇਹਨਾਂ ਨੂੰ ਪੈਂਦਾ ਹੈ ਪਰਿੰਦਿਆਂ ਨੂੰ। ਹਾਂ ਦੇਖੋ ਦੋਸਤੋ, ਮਸ਼ੀਨ ਉਹਨਾਂ ਨੇ ਲਾਤੀ ਹੋਈ ਹੈ, ਗਾਉਣੀ ਸ਼ੁਰੂ ਕਰਤੀ ਫਿਰ ਕਣਕ। ਦੋ ਦਾ ਇੱਧਰ ਫਿਰ ਰਹੇ, ਤਿੰਨ ਇੱਕ ਜਿਹੜਾ ਉੱਧਰ। ਆਂਡੇ ਦੇਖਦੇ ਹਾਂ ਇਹਨਾਂ ਦਿੱਤੇ ਕਿ ਨਹੀਂ। ਆਹੋ ਦੇਖੋ ਦੋਸਤੋ, ਆਂਡੇ ਦੇ ਰੱਖਦੇ ਆ, ਇੱਕ ਦੋ ਤਿੰਨ। ਚਾਰ ਆਂਡੇ ਦੋਸਤੋ ਦਿੱਤੇ ਹੋਏ ਆ, ਇਹਨਾਂ ਨੂੰ ਚੁੱਕ ਲੈਂਦੇ ਆ। ਪਤਾ ਨੀ ਕੀ ਗੱਲ, ਆਂਡੇ ਦੋਸਤੋ ਦੇ ਜਾਂਦੇ ਆ, ਬਹਿੰਦੇ ਹੈ ਨੀ ਇਹ। ਇੱਧਰ ਕਬੂਤਰਾਂ ਨੇ ਆਂਡੇ ਲੇ ਕੀਤੇ ਹੋਏ ਆ, ਚੰਨ ਦਿਖਾਉਂਦੇ ਆ। ਹਾਂ ਦੇਖੋ ਜੀ, ਤਿੰਨ ਆਂਡੇ ਇੱਧਰ ਆਏ ਥੱਲੇ, ਇਹ ਦੂਸਰੇ
ਦੂਸਰੇ ਕਬੂਤਰ ਦੇ ਅੰਡੇ ਦੇ ਥੱਲੇ ਸ਼ਿਫਟ ਕੀਤੇ ਹੋਏ ਲੱਗਦਾ, ਇੱਕ ਦੋ ਇਹਦੇ ਹੋਣਗੇ। ਉੱਧਰ ਵੀ ਕਬੂਤਰ ਬੈਠਾ ਹੋਇਆ, ਉਹ ਵੀ ਦੇਖ ਰਿਹਾ। ਹਾਂ ਦੇਖੋ ਦੋਸਤ, ਇੱਧਰ ਵੀ ਤਿੰਨ ਅੰਡੇ, ਇੱਕ ਇੱਕ ਅੰਡਾ ਵੱਧ ਇਹਨਾਂ ਥੱਲੇ ਸ਼ਿਫਟ ਕੀਤਾ ਹੋਇਆ। ਦੋ ਅੰਡੇ ਇੱਧਰ, ਕਬੂਤਰ ਵੀ ਮਾਸ਼ਾਅੱਲਾ ਠੀਕ ਹੈ। ਹੁਣ ਜਿਹੜਾ ਲੱਕੇ ਕਬੂਤਰ ਆਪਾਂ ਲੈ ਕੇ ਆਵਾਂਗੇ ਬਹੁਤ ਜਲਦ ਹੀ। ਇੱਧਰ ਘੋੜਿਆਂ ਨੂੰ ਦੇਖਦੇ ਹਾਂ, ਪੱਠੇ ਲੈ ਲਿਆਉਂਦੇ ਹੋਏ ਆ, ਦੇਖਦੇ ਹਾਂ ਪਾਏ ਆ ਕਿ ਨਹੀਂ ਹੈ ਪਾਏ। ਬਹੁਤ ਕੀ ਗੱਲ ਆ, ਬਸ ਪੱਠੇ ਦੋਸਤੋ ਪਾਤੇ ਹੋਏ ਇੱਥੇ। ਪੱਠੇ ਦੋਸਤੋ ਪਾਏ ਹੋਏ ਆ, ਘੋੜੀਆਂ ਖਾ ਰਹੀਆਂ। ਸੁਲਤਾਨ ਬਾਲ ਦੇਖੋ ਦੋਸਤੋ, ਇਹਦੇ ਕਿੱਡੇ ਪਿਆਰੇ ਆ, ਵੱਡੇ ਵੱਡੇ, ਬਹੁਤ ਸੋਹਣੇ ਲੱਗਦੇ ਆ ਇਹਦੇ ਉੱਤੇ। ਧੁੱਪ ਵੀ ਦੋਸਤੋ ਅੱਜ ਚੰਗੀ ਨਿਕਲੀ ਹੋਈ ਆ, ਅਤੇ ਕਣਕਾਂ ਉਗਾਉਣੀਆਂ ਸ਼ੁਰੂ ਹੋ ਗਈਆਂ ਦੁਬਾਰਾ ਫਿਰ। ਅੱਗੇ ਮੀਂਹ ਦੀ ਵਜ੍ਹਾ ਦੋ ਤਿੰਨ ਦਿਨ ਜਿਹੜਾ ਆ ਕਣਕਾਂ ਉਗਾ ਹੀ ਨਹੀਂ ਹੋਈਆਂ। ਹਾਂਜੀ ਦੋਸਤੋ, ਇੱਧਰ ਆਏ ਹੋਏ ਹਾਂ ਵੱਡੀ ਚੌਥੀ ਵੱਲ, ਇੱਧਰ ਆਪਣਾ ਥਰੈਸ਼ਰ ਲਾਈ ਹੋਈ ਹੈ, ਤੁਹਾਨੂੰ ਦਿਖਾਉਂਦੇ ਹਾਂ ਕਣਕ ਉਗਾ ਹੋ ਰਹੀ ਹੈ, ਨਾਲ ਤੁਹਾਨੂੰ ਡਰੋਨ ਕੈਮਰੇ ਦੇ ਨਾਲ ਵੀ ਵੀਡੀਓ ਸ਼ੂਟ ਕਰਦੇ ਹਾਂ, ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ। ਹਾਂਜੀ ਦੋਸਤੋ, ਆਹ ਦੇਖੋ ਜੀ ਕਣਕ ਭਰੀਆਂ ਨੂੰ ਪਸੇਟੇ ਦਵਾਏ ਹੋਏ ਆ, ਅਤੇ ਹੁਣ ਜਿਹੜਾ ਇਹਨਾਂ ਨੂੰ ਗਾ ਰਹੇ ਹਾਂ। ਸਵਾ ਕਿੱਲਾ ਕਣਕ ਦਾ ਆ, ਤੁਹਾਨੂੰ ਦੱਸਾਂਗੇ ਕਿੰਨੀ ਨਿਕਲੀ ਆ, ਕੀ ਹਿਸਾਬ ਕਿਤਾਬ ਆ ਸਾਰਾ ਕੁਛ। ਬਾਕੀ ਗੁੰਦ ਗਾਹ ਹੋ ਰਹੀ ਆ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਹਾਂਜੀ ਦੋਸਤੋ, ਆਹ ਦੇਖੋ ਜੀ ਕਣਕ ਗਾਹ ਹੋ ਰਹੀ ਹੈ। ਹਾਂਜੀ ਦੋਸਤੋ, ਇਸੇ ਤਰ੍ਹਾਂ ਹੀ ਜਾਂ ਦੂਸਰੀ ਸਾਈਡ ਵੀ ਦਿਖਾਉਂਦੇ ਹਾਂ ਜਿੱਥੋਂ ਦਾਣੇ ਨਿਕਲ ਰਹੇ ਆ, ਗਾਹ ਹੋ ਗਏ। ਆਹ ਦੇਖੋ ਜੀ, ਆਹ ਦਾਣੇ ਨਿਕਲ ਰਹੇ ਆ ਇੱਧਰਲੀ ਸਾਈਡ 'ਤੇ, ਅੱਜ ਫੜ ਕੇ ਤੁਹਾਨੂੰ ਦਾਣਾ ਦਿਖਾਉਂਦੇ ਹਾਂ। ਹਾਂ ਦੇਖੋ ਜੀ ਕਿੱਡਾ ਹੀ ਪਿਆਰਾ ਦਾਣਾ ਮਾਸ਼ਾਅੱਲਾ। ਅਤੇ ਆਹ ਜਿਹੜੀ ਤੂੜੀ ਧੜ ਬਣ ਰਹੀ ਆ, ਬਾਅਦ ਵਿੱਚ ਜਾਂ ਤਾਂ ਇਹਨੂੰ ਹਵੇਲੀ ਲੈ ਜਾਵਾਂਗੇ ਤੂੜੀ, ਜੇ ਨਹੀਂ ਤਾਂ ਇੱਥੇ ਲਿਪ ਦਾਂਗੇ ਧੜ ਬਣਾ ਦਾਂਗੇ। ਹਾਂਜੀ ਦੋਸਤੋ, ਆਹ ਦੇਖੋ ਇੰਨੇ ਪੂਰੇ ਹੋ ਗਏ ਆ। ਹਾਂਜੀ ਦੋਸਤੋ, ਆਹ ਦੇਖੋ ਜੀ ਡਰੋਨ ਕੈਮਰੇ ਨਾਲ ਵੀਡੀਓ ਬਣਾ ਰਹੇ ਹਾਂ, ਕਿੱਡਾ ਹੀ ਸੋਹਣਾ ਨਜ਼ਾਰਾ ਆ।
ਬਹੁਤ ਪਿਆਰਾ ਲੱਗ ਰਿਹਾ। ਤੁਹਾਨੂੰ ਆਲੇ ਦੁਆਲੇ ਦੀਆਂ ਫਸਲਾਂ ਵੀ ਦਿਖਾਉਂਦੇ ਆ ਜੀ ਦੋਸਤੋ। ਇਹਨੂੰ ਜ਼ਰਾ ਉੱਤੇ ਲੈ ਕੇ ਜਾਂਦੇ ਹਾਂ, ਤੁਹਾਨੂੰ ਉੱਪਰ ਦਿਖਾਉਂਦੇ ਹਾਂ ਕਿੰਨਾ ਸੋਹਣਾ ਵਿਊ ਆਉਂਦਾ ਆ, ਉਹ ਤੁਹਾਨੂੰ ਸ਼ੇਅਰ ਕਰਦੇ ਹਾਂ। ਆ ਇੱਥੇ ਜਿਹੜਾ ਆਹ ਕੋਲ ਚੱਕਰ ਜਿਹਾ ਲੱਗਾ ਹੋਇਆ, ਇੱਥੇ ਕਿਸੇ ਨੇ ਧੜ ਬਣਾਈ ਹੋਈ ਆ ਤੂੜੀ। ਹਾਂ ਦੇਖੋ ਦੋਸਤੋ ਕਿੰਨਾ ਸੋਹਣਾ ਨਜ਼ਾਰਾ ਆ, ਕਿੱਡਾ ਹੀ ਪਿਆਰਾ ਲੱਗ ਰਿਹਾ ਮਾਸ਼ਾਅੱਲਾ। ਹਾਂਜੀ ਦੋਸਤੋ ਇੱਥੋਂ ਜਿਹੜਾ ਸ਼ਹਿਰ ਜਾ ਰਹੇ ਹਾਂ, ਮੇਰਾ ਭਤੀਜਾ ਜਿਹੜਾ ਤਲਹਾ ਉਹ ਜਾ ਰਿਹਾ ਵਾਪਸ ਉਹਨੂੰ ਏਅਰਪੋਰਟ 'ਤੇ ਛੱਡਣ ਵਾਸਤੇ। ਬਾਕੀ ਜਿਹੜਾ ਕਣਕ ਕਿੰਨੀ ਨਿਕਲੀ ਆ, ਬੋਰੇ ਕਿੰਨੇ ਹੋਏ ਸੀਗੇ, ਉਹ ਜਿਹੜਾ ਤੁਹਾਨੂੰ ਅਗਲੇ ਵਲੋਗ ਦੇ ਵਿੱਚ ਦੱਸਾਂਗੇ। ਉਮੀਦ ਕਰਦਾ ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਸਾਡੀ ਪਸੰਦ ਆਈ ਹੋਵੇਗੀ। ਅਗਰ ਪਸੰਦ ਆਈ ਹੋਵੇ ਲਾਈਕ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰਿਓ। ਥੈਂਕਸ ਫਾਰ ਵਾਚਿੰਗ।